ਕਮਰੇ ਦਾ ਤਾਂ ਉਹ ਹੀ ਖਲੋ ਲਿਆ ਬੰਦੇ ਦੇ, ਲੌਕ ਨਹੀਂ ਲੱਗ ਗਿਆ ਕਮਰੇ ਦਾ। ਹੁਣ ਲੰਗਰ ਦੇ ਚਾਰਜ ਨਾ ਸੀ ਲੌਕ ਲਾਉਣਾ ਭੁੱਲਿਆ, ਹੁਣ ਮੈਂ ਲੌਕ ਲਾਉਣ। ਆਹ ਦੇਖੋ ਆਪਣਾ ਸਾਲਾ ਸਾਹਿਬ ਆ ਗਿਆ, ਗੱਡੀ ਡੱਕਰੀ ਆਉਂਦਾ ਪੂਰੀ ਸਪੀਡ ਨਾਲ, ਇਹ ਵੀ ਜੀ ਨਹੀਂ ਲਾਉਂਦਾ ਆਪਣੇ ਵਾਲਾ। ਲਓ ਵੀ ਮਤਲਬ ਤੁਹਾਡਾ ਇੱਕ ਨਵੀਂ ਹੋਰ ਵੀਡੀਓ ਵਿੱਚ ਸਵਾਗਤ ਹੈ। ਮੈਨੂੰ ਉਮੀਦ ਹੈ ਤੁਸੀਂ ਸਾਰੇ ਸਭ ਠੀਕ ਠਾਕ ਹੋਵੋਗੇ, ਅਤੇ ਅੱਜ ਤੁਹਾਨੂੰ ਦਿਖਾਉਣੇ ਪਿੰਡ ਦਾ ਮਾਹੌਲ, ਪਿੰਡ ਹੋਰ ਕਹੇ ਜੀ ਨੇ, ਅਤੇ ਮੇਰੇ ਨਾਲ ਹੈਗਾ ਗੁਰਪ੍ਰੀਤ ਸਿੰਘ ਮਾਨ। ਗੁਰਪ੍ਰੀਤ ਸਿੰਘ ਮਾਨ ਇਹ ਮਾਨ ਖਾ ਕੇ ਪਿੰਡ ਚ ਲੰਗਰ ਲੱਗਿਆ ਹੋਇਆ, ਤੇ ਦੇਖ ਰਿਹਾ ਲੰਗਰ ਲੱਗੀ ਆ, ਕਿਸੇ ਨੇ ਛੇੜ ਕੀਤੀ ਆ, ਛੋਲੇ ਪੂਰੀਆਂ ਦਾ ਲੰਗਰ ਲੱਗਿਆ, ਤੇ ਗੋਲ ਗੱਪੇ ਵੀ ਕਹਿੰਦੇ ਆ, ਤੇ ਚੱਲੇ ਵੀ ਪੈਦਲ ਆ। ਕਿੱਟਾ ਕੁੱਟਾ ਹੈਗੀਆਂ ਸਾਡੇ ਕੋਲ, ਭਰ ਕੇ ਲਿਆਵਾਂਗੇ ਸਮਾਨ, ਜਿਹੜੇ ਫਾਰਮ ਬੰਦੇ ਹੋਰ ਆ ਉਹਨਾਂ ਨੂੰ ਵੀ ਖਵਾਵਾਂਗੇ। ਤੁਹਾਨੂੰ ਦਿਖਾਉਣਾ ਥੋੜ੍ਹਾ ਜਿਹਾ ਇੱਧਰਲਾ ਮਾਹੌਲ ਕਿਹਾ ਜੀ, ਮਾਹੌਲ ਹੈਗਾ ਪੂਰਾ ਵਧੀਆ, ਕਿਉਂਕਿ ਉਰੇ ਹਰਿਆਲੀ ਹਰਿਆਲੀ ਬਹੁਤ ਘੱਟ ਆਉਂਦੀ ਆ। ਇੱਥੇ ਹੈਗੀਆਂ ਨੇ ਸਭ ਪਹਾੜੀਆਂ ਪੂੜੀਆਂ ਹੈਗੀਆਂ ਨੇ, ਤਾਂ ਕਰਕੇ ਆਹ ਤਾਂ ਜਾ ਰਹੇ ਨੇ ਮੁੰਡੇ ਕੱਛਿਆਂ 'ਚ। ਆਹ ਕੋਟ ਪਾਈ ਫਿਰਦਾ ਨੇਪਾਲ ਵਾਲਾ, ਨੇਪਾਲ ਵਾਲਾ ਮੁੰਡਾ ਇਹ ਕਹਿੰਦਾ ਮੈਨੂੰ ਠੰਡ ਲੱਗਦੀ ਇੰਨੀ ਗਰਮੀ 'ਚ, ਸਲਾਹ ਮੰਨ ਗਿਆ ਸਲਾਹ, ਇਹ ਉੱਥੇ ਕੋਟ ਪਾਈ ਫਿਰਦਾ, ਇਹ ਸਲਾਹ ਮੰਨੀ ਫਿਰਦਾ ਕਰਕੇ ਨਾ ਸਮੁੰਦਰ ਦੇ ਨੇੜੇ ਕਰਕੇ। ਆਹ ਦੇਖੋ ਮਾਹੌਲ, ਮੇਰੇ ਕਣਕ ਆਪਣੇ ਨਹੀਂ ਹੁੰਦੀ ਰੋਟੇ ਰੋਟੇ ਦੇ ਵਿੱਚ, ਤੂੰ ਨਹੀਂ ਤੂੰ ਲੱਗ ਗਿਆ, ਮੈਂ ਨਹੀਂ ਲੱਗ ਗਿਆ, ਮੈਂ ਵੀ ਲੱਗ ਗਿਆ। ਲਓ ਵੀ ਸਾਡੇ ਨਾਲ ਤਾਂ ਉਹ ਹੀ ਖਲੋ ਲਿਆ ਬੰਦੇ ਨੇ, ਲੌਕ ਨਹੀਂ ਲੱਗ ਗਿਆ ਕਮਰੇ ਦਾ। ਹੁਣ ਲੰਗਰ ਦੇ ਚਾਰਜ ਨਾ ਸੀ ਲੌਕ ਲਾਉਣਾ ਭੁੱਲਿਆ, ਹੁਣ ਮੈਂ